ਪ੍ਰਾਣੀ ਪੈਨਸ਼ਨ ਬਾਹਰ ਕਰੋ, ਬਾਹਰ ਕਰੋ, ਬਾਹਰ ਕਰੋ, ਪ੍ਰਾਣੀ ਪੈਨਸ਼ਨ ਸਕੀਮ ਬਾਹਰ ਕਰੋ, ਬਾਹਰ ਕਰੋ, ਬਾਹਰ ਕਰੋ, ਐਨਪੀ ਕਰੋ, ਬਾਹਰ ਕਰੋ, ਬਾਹਰ ਕਰੋ, ਕੱਟੇ ਪੱਤੇ ਬਾਹਰ ਕਰੋ, ਬਾਹਰ ਕਰੋ, ਬਾਹਰ ਕਰੋ, ਪੰਜਾਬ ਸਰਕਾਰ ਮਰਦਾਬਾਦ, 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 ਪੰਜਾਬ ਸਰਕਾਰ ਮਰਦਾਬਾਦ, ਮਰਦਾਬਾਦ, ਮਰਦਾਬਾਦ। ਮੇਰਾ ਨਾਮ ਰੇਸ਼ਮ ਸਿੰਘ ਹੈ ਜੀ, ਮੈਂ ਅਧਿਆਪਕ ਜਥੇਬੰਦੀ ਡੀ ਟੀ ਐੱਫ ਤੋਂ ਜ਼ਿਲ੍ਹਾ ਪ੍ਰਧਾਨ। ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਡੈਮੋਕਰੇਟ ਟੀਚਰ ਫਰੰਟ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਚੋਣਾਂ ਦੇ ਸਮੇਂ ਦੇ ਵਿੱਚ ਚੋਣਾਂ ਦਾ ਜਿਹੜਾ ਕੜਮਾਸ ਚੱਲ ਰਿਹਾ, ਕਿਉਂਕਿ ਪੋਲੀਟੀਕਲ ਪਾਰਟੀਆਂ ਇੱਕ ਦੂਜੇ 'ਤੇ ਦੋਸਤਬਾਜ਼ੀ ਕਰਨ ਤੋਂ ਬਜਾਏ ਉਹਨਾਂ ਕੋਲ ਲੋਕਾਂ ਦੇ ਕੋਈ ਏਜੰਡੇ ਨਹੀਂ, ਤਾਂ ਜੋ ਲੋਕਾਂ ਦੇ ਏਜੰਡੇ ਆ ਜਿਹੜੇ ਉਹ ਵੀ ਇੰਟਰੋਡਿਊਸ ਹੋਣ, ਉਹ ਵੀ ਲੋਕਾਂ ਵਿੱਚ ਜਾਣ। ਅਸੀਂ ਅੱਜ ਜਥੇਬੰਦੀ ਵੱਲੋਂ ਅਧਿਆਪਕਾਂ ਦੇ ਮਸਲੇ ਆ, ਜਿਹੜੇ ਮੁਲਾਜ਼ਮਾਂ ਦੇ ਮਸਲੇ ਆ, ਉਹਨਾਂ ਨੂੰ ਲੋਕਾਂ ਕੋਲ ਲਿਜਾ ਰਹੇ ਹਾਂ, ਤੁਹਾਡੇ ਮੀਡੀਆ ਰਾਹੀਂ ਲਿਜਾ ਰਹੇ ਹਾਂ, ਪ੍ਰਚਾਰ ਰਾਹੀਂ ਲਿਜਾ ਰਹੇ ਹਾਂ। ਅੱਜ ਅਸੀਂ ਅੱਜ ਇੱਥੇ ਟੀਚਰ ਹੋਮ ਦੇ ਵਿੱਚ ਇਕੱਠ ਕੀਤਾ ਹੋਇਆ, ਮਾਰਚ ਕਰਕੇ ਅਸੀਂ ਡੀ ਸੀ ਸਾਹਿਬ ਨੂੰ ਮੰਗ ਪੱਤਰ ਦੇਣਾ। ਉਸ ਮੰਗ ਪੱਤਰ ਦੇ ਵਿੱਚ ਜਿਹੜੀਆਂ ਸਾਡੀਆਂ ਮੁੱਖ ਮੰਗਾਂ, ਜਿਵੇਂ ਪੁਰਾਣੀ ਪੈਨਸ਼ਨ ਆ ਜਿਹੜੀ ਉਹ ਬਹਾਲ ਕੀਤੀ ਜਾਵੇ, ਕਿਉਂਕਿ ਪੁਰਾਣੀ ਪੈਨਸ਼ਨ ਆ ਜਿਹੜੀ ਇੱਕ ਬਹੁਤ ਸਹਾਰਾ ਸੀ ਬਜ਼ੁਰਗ ਅਵਸਥਾ ਦੇ ਵਿੱਚ, ਪਰ ਸਰਕਾਰ ਨੇ ਨਵੀਆਂ ਪਾਲਿਸੀਆਂ ਦੇ ਤਹਿਤ, ਨਿੱਜੀਕਰਨ ਦੀ ਨੀਤੀ ਦੇ ਤਹਿਤ ਜਿਹੜੀ ਪੁਰਾਣੀ ਪੈਨਸ਼ਨ ਦਾ ਵੀ ਨਿੱਜੀਕਰਨ ਕਰਤਾ, ਉਹਦਾ ਉਹਨੂੰ ਕਾਰਪੋਰੇਟਾਂ ਦੇ ਹਵਾਲੇ ਕਰਤਾ। ਇਸੇ ਤਰ੍ਹਾਂ ਜਿਹੜੇ 37 ਤਰ੍ਹਾਂ ਦੇ ਭੱਤੇ ਕੱਟੇ ਹੋਏ ਆ, ਖਾਸ ਕਰਕੇ ਪਿੰਡਾਂ ਵਿੱਚ ਪੜ੍ਹਾਉਂਦੇ ਅਧਿਆਪਕਾਂ ਨੂੰ ਪੇਂਡੂ ਭੱਤਾ ਮਿਲਦਾ ਸੀ, ਉਹਨਾਂ ਦਾ ਪੇਂਡੂ ਭੱਤਾ ਕੱਟ ਦਿੱਤਾ ਗਿਆ। ਇਸੇ ਤਰ੍ਹਾਂ ਨਿੱਜੀਕਰਨ ਰਾਹੀਂ ਜਿਹੜੀਆਂ ਵੱਖ ਵੱਖ ਪ੍ਰਾਈਵੇਟ ਸੰਸਥਾਵਾਂ ਉਹਨਾਂ ਦੀ ਸਕੂਲਾਂ ਦੇ ਵਿੱਚ, ਜਿਵੇਂ ਵਿੱਦਿਆ ਭਾਰਤੀ ਮਾਡਲ ਸਕੂਲ ਆ, ਸਾਂਝੀ ਸਿੱਖਿਆ, ਇਹੋ ਜਿਹੀ NGO ਜਿਹੜੇ ਉਹ ਸਕੂਲਾਂ ਦੇ ਵਿੱਚ ਘੁਸਪੈਠ ਕਰ ਰਹੇ ਆ, ਤਾਂ ਅਸੀਂ ਕੁੱਲ ਮਿਲਾ ਕੇ ਇਹਨਾਂ ਚੋਣਾਂ ਦੇ ਘਰਮਾਸ ਦੇ ਵਿੱਚ ਹਾਕਮ ਜਮਾਤੀ ਪਾਰਟੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਲੋਕਾਂ ਦੇ ਵੀ ਮਸਲੇ ਹੈ, ਕਿਸਾਨਾਂ ਦੇ ਮਸਲੇ ਆ, ਮਜ਼ਦੂਰਾਂ ਦੇ ਮਸਲੇ ਆ, ਮਜ਼ਦੂਰਾਂ ਤੋਂ ਰੁਜ਼ਗਾਰ ਫਸ ਗਿਆ, ਉਹਨਾਂ ਦੀ ਮਨਰੇਗਾ ਦੇ ਕੰਮ ਦਿਹਾੜੀਆਂ ਘਟੀਆਂ, ਉਹਨਾਂ 'ਤੇ ਕਾਨੂੰਨ ਇਹੋ ਜਿਹੇ ਬਣਾ ਤੇ ਕਿ ਤੁਸੀਂ ਯੂਨੀਅਨ ਨਹੀਂ ਬਣਾ ਸਕਦੇ, ਤੁਸੀਂ 8 ਘੰਟੇ ਤੋਂ 12 ਘੰਟੇ ਦਾ ਕੰਮ ਦਿਹਾੜੀ ਦਾ ਸਮਾਂ ਕਰਤਾ, ਕਿਸਾਨਾਂ ਲਈ MSP ਟੋਟਲ ਜਵਾਬ ਆ, ਇਵੇਂ ਜਿਹੜੇ ਮੁਲਾਜ਼ਮਾਂ ਨੂੰ ਵੀ BJP ਸਰਕਾਰ ਦਾ ਅਤੇ ਪੰਜਾਬ ਸਰਕਾਰ ਦਾ OPS ਤੋਂ ਜਵਾਬ ਆ। ਅਸੀਂ ਲੋਕਾਂ ਦੇ ਮਸਲੇ ਆ ਜਿਹੜੇ ਇਹ ਲਿਜਾ ਰਹੇ। ਇੱਕ ਕਹਾਵਤ ਆ ਕਿ ਭੁੱਖੇ ਆਦਮੀ ਨੂੰ ਮੱਛੀ ਦੇਣ ਦੀ ਬਜਾਏ ਮੱਛੀ ਫੜਨੀ ਸਿਖਾਓ, ਪਰ ਸਾਡੀਆਂ ਹਾਕਮ ਜਮਾਤਾਂ ਨੇ ਇਹ ਰਸਤਾ ਫੜ ਲਿਆ ਕਿ ਉਹ ਮੱਛੀ ਫੜਨੀ ਨਹੀਂ ਸਿਖਾ ਰਹੇ, ਉਹ ਤਾਂ ਮੱਛੀ ਦੇਣ 'ਤੇ ਵੀ ਤੁਸੀਂ ਸਾਡੇ ਗੁਲਾਮ ਬਣੋ। ਅਸੀਂ ਤੁਹਾਨੂੰ 75 ਸਾਲਾਂ ਦੇ ਇਸ ਅਖੌਤੀ ਆਜ਼ਾਦੀ 'ਤੇ, ਸਾਨੂੰ ਅੱਜ ਵੀ 5 ਕਿਲੋ ਅਨਾਜ 'ਤੇ ਵਰਚਾਇਆ ਜਾ ਰਿਹਾ ਹਿੰਦੁਸਤਾਨ ਦੀ ਲੋਕਾਂ ਨੂੰ ਕਿ ਤੁਹਾਨੂੰ 5 ਕਿਲੋ ਅਨਾਜ ਦੇ ਰਹੇ ਹਾਂ। ਇਹਦਾ ਮਤਲਬ ਇਹ ਆ ਕਿ ਉਹਨਾਂ ਨੂੰ ਆਪਦੇ ਪੈਰਾਂ ਸਿਰ ਖੜਾ ਨਹੀਂ ਕਰਨਾ, ਲੋਕਾਂ ਨੂੰ ਉਹਨਾਂ ਨੂੰ ਮੰਗ 'ਤੇ ਬਣਾਉਣਾ। ਇਹ ਜਿਹੜੀ ਨੀਤੀ ਆ, ਇਹ ਹਾਕਮ ਜਮਾਤਾਂ ਦੀ ਅਤੇ ਸਾਮਰਾਜ ਦੀ ਨੀਤੀ ਆ, ਕਿਉਂਕਿ ਸਾਮਰਾਜ ਵੀ ਇਹੀ ਕਹਿੰਦਾ ਕਿ ਇਹ ਮਨੁੱਖ ਨੂੰ ਸਕਸ਼ਮ ਨਾ ਬਣਾਓ, ਇਹਨੂੰ ਆਪਦੇ ਪੈਰਾਂ ਥੱਲੇ ਖੜਾ ਨਾ ਹੋਣ ਦਿਓ, ਇਹਨੂੰ ਗੁਲਾਮ ਪ੍ਰਵਿਰਤੀ ਦਾ ਰੱਖੋ। ਅਖੌਤੀ ਨਾਂ ਦੀ ਜਿਹੜੀ ਆਜ਼ਾਦੀ, ਉਹ ਕਹਿੰਦੇ ਆ ਕਿ ਅਸੀਂ ਅੱਜ 75 ਸਾਲਾਂ ਦੀ ਆਜ਼ਾਦੀ ਮਾਣ ਰਹੇ ਹਾਂ, ਹੁਣ ਆਜ਼ਾਦੀ ਦਾ ਮਹਾਂ ਉਤਸਵ ਵੀ BJP ਮਨਾ ਰਹੀ ਆ ਪੂਰੇ ਹਿੰਦੁਸਤਾਨ ਦੇ ਵਿੱਚ। ਇਸ ਆਜ਼ਾਦੀ ਨੇ ਸਾਨੂੰ ਅੱਜ ਤੱਕ ਦਿੱਤਾ ਕੀ ਆ, ਇਸ ਆਜ਼ਾਦੀ ਨੇ ਇਹਨਾਂ ਪਾਰਲੀਮਾਨੀ ਸੰਸਥਾਵਾਂ ਨੇ ਸਾਨੂੰ ਕੀ ਦਿੱਤਾ, ਜਿਹੜੀਆਂ ਸੰਸਥਾਵਾਂ ਉਹ ਕਹਿੰਦੇ ਆ ਕਿ ਤੁਸੀਂ ਵੋਟਾਂ ਪਾਉਣ ਜਾਓ, ਇਹ ਬਹੁਤ ਮਹਾਂ ਉਤਸਵ ਆ, ਇਹ ਕੁੰਭ ਦਾ ਯਾਨੀ ਕਿ ਮੇਲਾ, ਇਹਦੇ ਵਿੱਚ ਡੁਬਕੀ ਜ਼ਰੂਰ ਲਾ ਕੇ ਆਓ, ਨਹਾ ਕੇ ਆਓ। ਇਸ ਜਮਹੂਰੀਅਤ ਨੇ ਸਾਨੂੰ ਦਿੱਤਾ ਕੀ ਆ, ਇਸ ਪਾਰਲੀਮਾਨੀ ਸੰਸਥਾਵਾਂ ਨੇ ਕੀ ਦਿੱਤਾ। ਇਹ 2002 ਦੇ ਵਿੱਚ ਵਾਜਪੇਈ ਸਰਕਾਰ OPS ਸਕੀਮ ਬੰਦ ਕਰਕੇ ਲੈ ਕੇ ਆਈ, ਇਸ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਆਈ, ਉਹਨੇ ਨਿੱਜੀਕਰਨ ਦੀਆਂ ਨੀਤੀਆਂ ਬਹੁਤ ਤੇਜ਼ੀ ਨਾਲ ਲਾਗੂ ਕੀਤੀਆਂ। ਉਸ ਤੋਂ ਬਾਅਦ ਪੰਜਾਬ 'ਚ ਲੈ ਲਓ, ਅਸੀਂ ਬਾਦਲ ਸਰਕਾਰ ਦੀ ਸਰਕਾਰ ਨੂੰ ਸੱਤਾ 'ਚ ਲਿਆਂਦਾ, 15-15 ਦਾ ਪੱਤਰ ਆ ਗਿਆ ਕਿ ਤੁਸੀਂ 3 ਸਾਲ ਤੱਕ ਕੰਟਰੈਕਟ 'ਤੇ ਜੋਬ ਕਰੋ। ਇਸ ਤੋਂ ਬਾਅਦ ਕਾਂਗਰਸ ਨੂੰ ਲਿਆ ਮਨਪ੍ਰੀਤ ਬਾਦਲ, ਇਹ ਲੈ ਕੇ ਆ ਕਿ ਤੁਸੀਂ 2017 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਤੁਸੀਂ ਕੇਂਦਰੀ ਪੈਟਰਨ 'ਤੇ ਭਰਤੀ ਹੋਵੋ।
ਰੱਖੋ। ਅਸੀਂ ਅੱਖ ਕੇ ਹਾਕਮ ਜਮਾਤਾਂ ਨੂੰ ਉਹਨਾਂ ਤੋਂ ਅੱਖ ਕੇ ਆਹ ਕੋਈ ਬਦਲ ਦੇਖਿਆ ਸੀ, ਇਹਨੇ ਬਦਲਨੇ ਤਾਂ ਉਦੋਂ ਵੀ ਜ਼ਿਆਦਾ ਚੰਦ ਚੜ੍ਹਾ ਤਾਂ। ਕਹਿੰਦੇ ਸੀ ਕਿ ਅਸੀਂ ਆ ਪਹਿਲੀ ਕੈਬਨਿਟ ਦੇ ਵਿੱਚ OPS ਲਾਗੂ ਕਰਾਂਗੇ, ਅੱਜ 2.5 ਸਾਲ ਬੀਤਣਦੇ ਹੋ ਗਏ OPS ਨੂੰ ਹੱਥ ਤੱਕ ਨਹੀਂ ਲਾਇਆ। ਇਸ ਕਰਕੇ ਨਾ ਹਾਕਮ ਜਮਾਤੀ ਪਾਰਟੀਆਂ ਤੋਂ ਲੋਕਾਂ ਨੂੰ ਝਾਕ ਛੱਡਣੀ ਚਾਹੀਦੀ ਆ ਅਤੇ ਆਪਦੇ ਸੰਘਰਸ਼ਾਂ ਨੂੰ ਤਕੜੇ ਕਰਨੇ ਚਾਹੀਦੇ। ਬੋਰਡ ਪ੍ਰਬੰਧ ਨੇ ਸਾਡਾ ਕੀ ਸਵਾਰਨਾ, ਇਸ ਕਰਕੇ ਵੱਡੀ ਪੱਧਰ 'ਤੇ ਲੋਕ ਸਵਾਲ ਖੜ੍ਹੇ ਕਰਨ ਲੱਗੇ ਆ। ਉਹੀ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੂੰ ਅੱਜ ਤੋਂ 15 ਸਾਲ ਪਹਿਲਾਂ ਲੋਕ ਸਿੱਕਿਆਂ ਨਾਲ ਤੋਲਦੇ ਸੀ, ਲੋਕ ਫਲਾਂ ਨਾਲ ਤੋਲਦੇ ਸੀ, ਲੋਕ ਬਦਾਮਾਂ ਨਾਲ ਚਾਹਾਂ ਸੱਦ ਪਿਆਉਂਦੇ ਸੀ, ਅੱਜ ਲੋਕ ਗਲਮਿਆਂ 'ਚ ਹੱਥ ਪਾ ਰਹੇ ਆ, ਲੋਕ ਸਵਾਲ ਕਰ ਰਹੇ ਆ, ਲੋਕਾਂ ਦੀ ਵੀ ਚੇਤਨਾ ਵੱਧ ਰਹੀ ਆ। ਇਹ ਚੰਗੀ ਗੱਲ ਆ, ਜੇ ਲੋਕ ਚੇਤਨ ਹੋਣਗੇ ਫਿਰ ਹੀ ਹਾਕਮ ਜਵਾਤਾਂ ਨੂੰ ਕੁਝ ਨਾ ਕੁਝ ਸਹੀ ਰਸਤੇ 'ਤੇ ਲਿਆ ਸਕਦਾ। ਗੱਲ ਇਹੀ ਹੈ ਨਾ, ਉਹ ਲੋਕ ਮੁੱਦਿਆਂ 'ਤੇ ਕੋਈ ਗੱਲ ਨਹੀਂ ਕਰਦੇ, ਉਹ ਤਾਂ ਕਹਿੰਦੇ ਆ ਕਿ ਆਹ ਤੁਸੀਂ ਟੋਟ ਕੇ ਤੁਹਾਨੂੰ ਸੁਣਾ ਦਿੱਤੀ, ਇਹ ਟੋਟ ਕਹਿੰਦੇ ਰਾਹੀਂ ਸਾਨੂੰ ਵੋਟਾਂ ਪਾ ਦਿਓ ਵੀ ਹੁਣ ਹਰਸਿਮਰਤ ਆ ਉਹਨੂੰ ਹਰਾ ਦਿਓ, ਹੁਣ ਇੱਥੇ ਗੁੱਡੀਆਂ ਸਾਹਿਬ ਨੂੰ ਜਿਤਾ ਦਿਓ। ਉਹ ਕਹਿੰਦੇ ਆ ਕਿ ਅਸੀਂ ਆ ਜਿਹੜੇ ਅਸੀਂ ਲੋਕਾਂ ਨਾਲ ਅਟੈਂਡ ਨਹੀਂ ਕਰ, ਲੋਕਾਂ ਨੂੰ ਅਟੈਂਡ ਨਹੀਂ ਕਰਨਾ, ਅਸੀਂ ਤਾਂ ਜੁਮਲੇਬਾਜ਼ੀ ਰਾਹੀਂ, ਗੀਤਾਂ ਰਾਹੀਂ, ਚੁਟਕਲਿਆਂ ਰਾਹੀਂ ਲੋਕਾਂ ਦਾ ਮਨ ਪਰਚਾਵਾ ਕਰਨਾ, ਭੁੱਖੇ ਢਿੱਡਾਂ ਦਾ ਮਨ ਪਰਚਾਵਾ ਕਰਨ ਲੱਗੇ ਹੋਏ ਆ। ਇਸ ਲਈ ਭੁੱਖੇ ਢਿੱਡਾਂ ਦਾ ਮਨ ਪਰਚਾਵਾ ਰੋਟੀ ਨਹੀਂ ਹੋਊਗਾ, ਇਹ ਚੁਟਕਲਿਆਂ ਨਾਲ ਨਹੀਂ ਹੋਣਾ। ਇਹ ਹਾਕਮ ਜਵਾਤਾਂ ਨੂੰ CM ਸਾਹਿਬ ਨੂੰ ਇਹ ਗੱਲ ਨੂੰ ਸਮਝਣਾ ਚਾਹੀਦਾ। ਅੱਜ ਸਾਡਾ ਪ੍ਰੋਗਰਾਮ ਪੂਰੇ ਪੰਜਾਬ ਦੇ ਵਿੱਚ ਅਧਿਆਪਕ ਵੱਲੋਂ ਪੰਜਾਬ ਸਰਕਾਰ ਦਾ ਜੋ ਚੋਣ ਵਾਅਦੇ ਕੀਤੇ ਸੀ ਪੰਜਾਬ ਸਰਕਾਰ ਨੇ, ਜੋ ਉਹਨਾਂ ਨੇ ਪਾਣੀ ਪੈਂਦੀ ਬਹਾਲੀ ਵਾਸਤੇ ਵਾਅਦਾ ਕੀਤਾ ਸੀ, ਜਾਂ ਆਪਣੇ ਜਿਹੜੇ ਡੀ ਏ ਬਣਾਇਆ ਜਾਂ ਹੋਰ ਪ੍ਰਧਾਨ ਸੰਬੰਧਿਤ ਮੰਗਾਂ ਨੇ, ਇੱਕ ਤਾਂ ਸਾਡਾ ਅੱਜ ਦਾ ਪ੍ਰੋਗਰਾਮ ਹੈਗਾ ਉਹ ਗੱਲਾਂ ਯਾਦ ਕਰਵਾਉਣ ਵਾਸਤੇ ਵੀ 2.5 ਸਾਲ ਬੀਤ ਗਏ, ਚੋਣਾਂ ਨਵੀਆਂ ਆ ਗਈਆਂ, ਨਵੇਂ ਵਾਅਦੇ ਲੈ ਕੇ ਉਹ ਮੈਦਾਨ 'ਚ ਨਿਕਲਿਆ ਹੈ ਚੋਣਾਂ ਦੇ ਮੈਦਾਨ 'ਚ, ਪਰ ਪਿਛਲੀਆਂ ਗੱਲਾਂ ਦੇ ਬਾਰੇ ਇੱਕ ਵੀ ਸ਼ਬਦ ਨਹੀਂ ਬੋਲੂ। ਅਤੇ ਦੂਜਾ ਇਸ ਸਮੇਂ ਦੇ ਵਿੱਚ, ਕਿਉਂਕਿ ਇਕੱਲੇ ਪੰਜਾਬ ਸਰਕਾਰ ਨਹੀਂ ਜਾਂ ਫਿਰ ਐਂ ਕਹਿ ਲਓ ਵੀ ਇਕੱਲੀ ਆਮ ਆਦਮੀ ਪਾਰਟੀ ਦੀ, ਸਾਰੀਆਂ ਪੋਲੀਟੀਕਲ ਪਾਰਟੀਆਂ ਚਾਹੇ ਭਾਜਪਾ ਚਾਹੇ ਕਾਂਗਰਸ ਚਾਹੇ ਇੰਡੀਆ ਗੱਠਜੋੜਾ ਚਾਹੇ ਅਕਾਲੀ ਦਲ ਹੈ, ਸਾਰੇ ਫਿਰ ਲੋਕਾਂ ਕੋਲ ਵੋਟਾਂ ਵਾਸਤੇ ਵੋਟਾਂ ਮੰਗਣ ਵਾਸਤੇ ਤੁਰੇ ਹੋਏ ਨੇ। ਪਰ ਅਸੀਂ ਯਾਨੀ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡਾ ਜੋ ਮੰਤਵ ਹੈ ਇਹ ਸਵਾਲ ਕਰਨ ਦਾ ਮੰਤਵ ਹੈ ਵੀ ਜਿਹੜੀਆਂ ਗੱਲਾਂ ਲੋਕਾਂ ਦੇ ਪੱਖ 'ਚ ਜਾਂਦੀਆਂ ਨੇ, ਜਿਹੜੀਆਂ ਨੀਤੀਆਂ ਲੋਕਾਂ ਦੇ ਪੱਖ 'ਚ ਜਾਂਦੀਆਂ ਨੇ, ਜਾਂ ਜਿਹੜੀਆਂ ਨੀਤੀਆਂ ਨੇ ਲੋਕਾਂ ਕੋਲ ਜਿਹੜੇ ਉਹਨਾਂ ਦੇ ਮਿਲੇ ਹੋਏ ਹੱਕ ਆ ਉਹ ਖੋਹੇ ਨੇ, ਉਹਨਾਂ ਨੀਤੀਆਂ ਬਾਰੇ ਪੋਲੀਟੀਕਲ ਪਾਰਟੀਆਂ ਬਿਲਕੁਲ ਵੀ ਮੂੰਹ ਨਹੀਂ ਖੋਲ੍ਹਦੀਆਂ। ਜਿਵੇਂ ਜੋ ਵੀ ਇਹਨਾਂ ਦਾ ਏਜੰਡਾ, ਜਿਵੇਂ ਪੁਰਾਣੀ ਪੈਨਸ਼ਨ ਬਹਾਲੀ ਵਾਲੀ ਗੱਲ ਹੈ ਵੀ ਕਿਉਂ ਨਹੀਂ ਭਲਾ ਪੁਰਾਣੀ ਪੈਨਸ਼ਨ ਬਹਾਲ ਕਰ ਰਹੇ ਗੇ, ਜਾਂ ਸਾਨੂੰ ਠੇਕਾ ਭਰਤੀ ਕਿਉਂ ਸਰਕਾਰੀ ਮਹਿਕਮੇ ਵਿੱਚ ਸ਼ੁਰੂ ਕੀਤੀ ਹੋਈ ਹੈ, ਜਾਂ ਜਿਹੜੇ ਪਹਿਲਾਂ ਠੇਕੇ 'ਤੇ ਭਰਤੀ ਕੀਤੇ ਹੋਏ ਆ ਉਹਨਾਂ ਨੂੰ ਰੈਗੂਲਰ ਕਿਉਂ ਨਹੀਂ ਕੀਤਾ ਜਾ ਰਿਹਾ। ਇਹ ਸਾਰੀਆਂ ਗੱਲਾਂ ਦਾ ਮਕਸਦ ਹੈ ਜਿਹੜਾ ਉਹ ਅਸਲ 'ਚ ਨਿੱਜੀਕਰਨ ਦੀਆਂ ਪੋਲਸੀਆਂ ਲਾਗੂ ਕਰਨ ਦਾ ਮਕਸਦ ਹੈ। ਸਾਰੀਆਂ ਸਰਕਾਰਾਂ ਨੇ ਪਹਿਲਾਂ ਜ਼ੋਰਦਾਰ ਢੰਗ ਨਾਲ ਨਿੱਜੀਕਰਨ ਲਾਗੂ ਕੀਤਾ, ਇਹ ਵੀ ਉਸੇ ਰਾਹ 'ਤੇ ਤੁਰੇ ਹੋਏ ਨੇ, ਭਾਜਪਾ ਵੀ ਇਸੇ ਰਾਹ 'ਤੇ ਆ, ਅਕਾਲੀ ਵੀ ਇਸੇ ਰਾਹ 'ਤੇ, ਸਿੱਖ ਕਾਂਗਰਸ ਵੀ ਇਸੇ ਰਾਹ 'ਤੇ ਆ, ਆਮ ਆਦਮੀ ਪਾਰਟੀ ਵੀ ਇਸੇ ਰਾਹ 'ਤੇ ਆ। ਕਿਸੇ ਨੇ ਵੀ ਆਪਦੇ ਚੋਣ ਏਜੰਡੇ ਦੇ ਵਿੱਚ ਨਿੱਜੀਕਰਨ ਦੀਆਂ ਨੀਤੀਆਂ ਵਾਪਸ ਲੈਣ ਦੀ ਗੱਲ ਨਹੀਂ ਕੀਤੀ, ਜਿਹਦੇ ਕਰਕੇ ਅਸੀਂ ਯਾਨੀ ਕਿ ਸਾਰੀਆਂ ਮਤਲਬ ਸਾਡੀ ਜਥੇਬੰਦੀ ਵੱਲੋਂ ਫੈਸਲਾ ਕੀਤਾ ਵੀ ਇਹਨਾਂ ਦਿਨਾਂ ਦੇ ਵਿੱਚ ਜਦੋਂ ਚੋਣਾਂ ਕਾੜਾ ਭਾਵੇਂ ਭੱਕਿਆ ਹੋਇਆ ਤਾਂ ਅਸੀਂ ਆਪਦੇ ਵੱਲੋਂ ਇਹ ਸਵਾਲ ਪਾਰਟੀਆਂ ਨੂੰ ਕਰ ਰਹੇ ਹਾਂ ਵੀ ਜੇ ਤੁਹਾਡੀਆਂ ਚੋਣ ਮੈਨੀਫੈਸਟੋ ਦੇ ਵਿੱਚ ਇਹ ਗੱਲਾਂ ਨਹੀਂ ਕਹੀਆਂ, ਜੇ ਤੁਹਾਡੀ ਚੋਣ ਮੈਨੀਫੈਸਟੋ ਦੇ ਵਿੱਚ 12 ਘੰਟੇ ਕੰਮ ਦੀ ਘੜੀ ਦੇ ਨੋਟੀਫਿਕੇਸ਼ਨ ਰੱਦ ਕਰਨ ਦੀ ਗੱਲ ਨਹੀਂ ਹੈਗੀ, ਜੇ ਤੁਹਾਡੇ ਚੋਣ ਮੈਨੀਫੈਸਟੋ ਦੇ ਵਿੱਚ WTO ਵਿੱਚੋਂ ਬਾਹਰ ਆਉਣ ਦੀ ਗੱਲ ਨਹੀਂ ਹੈਗੀ, ਜੇ ਤੁਹਾਡੇ ਚੋਣ ਮੈਨੀਫੈਸਟੋ ਦੇ ਵਿੱਚ ਜਿਹੜੇ ਇਹ ਕਾਰਪੋਰੇਟ ਪੱਖੀ ਨੀਤੀਆਂ ਬਣਾਉਣ ਦੀ ਜਾਂ ਕਾਰਪੋਰੇਟ ਪੱਖੀ ਵਿਕਾਸ ਮਾਡਲ ਨੂੰ ਰੱਦ ਕਰਨ ਦੀ ਗੱਲ ਨਹੀਂ ਹੈਗੀ, ਅਤੇ ਕਿਸਾਨਾਂ ਦੀ ਜ਼ਿੰਦਗੀ ਖੁਸ਼ਹਾਲ ਕਰਨ ਦੀ ਗੱਲ ਨਹੀਂ ਹੈਗੀ, ਮਤਲਬ ਕਿ ਸਾਰੀ ਲੋਕਾਈ ਵਾਸਤੇ ਤੁਹਾਡੇ ਵਾਸਤੇ ਕੋਈ ਉਹਨਾਂ ਦੇ ਪੱਖ ਨਾਲ ਕੋਈ ਕਾਨੂੰਨ ਜਾਂ ਕੋਈ ਉਹੋ ਜਿਹੀ ਪੋਲਸੀ ਨਹੀਂ ਹੈਗੀ, ਫਿਰ ਤੁਸੀਂ ਵੋਟਾਂ ਕਿਹੜੇ ਮੂੰਹ ਨਾਲ ਮੰਗਣਾ। ਜੋ ਮਿਲਣੀਆਂ ਲੋਕਾਂ ਨੂੰ ਰੁਜ਼ਗਾਰ ਮਿਲੇ, ਇੱਥੇ ਖੇਤੀ ਮੁਨਾਫਾ ਮੁਖੀ ਹੋਵੇ, ਇੱਥੇ ਮਜ਼ਦੂਰਾਂ ਦੀ ਅਤੇ ਰੁਜ਼ਗਾਰ ਦੀ ਗਰੰਟੀ ਹੋਵੇ, ਇੱਥੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਮਿਲ, ਇੱਥੇ ਸਿੱਖਿਆ ਸਹੂਲਤਾਂ ਮਤਲਬ ਘੱਟ ਖਰਚੇ 'ਤੇ ਹੋਣ, ਨਿੱਜੀ
ਜਿਹੜੀ ਹੈਗੀ ਐਜੂਕੇਸ਼ਨ ਹੈਗੀ ਉਹ ਨਿੱਜੀ ਹੱਥਾਂ 'ਚ ਨਾ ਜਾਂਦੀ ਹੋਵੇ। ਇਹ ਕਿਸੇ ਵੀ ਮਤਲਬ ਚੋਣ ਪਾਰਟੀ ਦਾ ਮੈਨੀਫੈਸਟੋ ਨਹੀਂ ਕਹਿ ਰਹੇ ਹੈਗਾ। ਇਹ ਸਵਾਲ ਅੱਜ ਅਸੀਂ ਜਿਹੜੀ ਮੁਲਾਜ਼ਮ ਜਥੇਬੰਦੀਆਂ ਨੇ ਜਿਹੜੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਸਹਿਯੋਗ ਦਿੱਤਾ, ਲੱਗਦਾ ਕਿਤੇ ਨਾ ਕਿਤੇ ਇਸ ਮਾਮਲੇ 'ਚ ਗਲਤੀ ਹੋਈ ਹੈ। ਦੇਖੋ ਜੋ ਉਹ ਅਸੀਂ ਤਾਂ ਆਪਦੀ ਜਥੇਬੰਦੀ ਵੱਲੋਂ ਉਦੋਂ ਵੀ ਇਹੀ ਗੱਲ ਕਹਿੰਦੇ ਸੀ ਵੀ ਚਾਹੇ ਕੋਈ ਵੀ ਆ ਜਾਵੇ ਇੱਥੇ, ਚਾਹੇ ਕੋਈ ਇਨਕਲਾਬ ਦਾ ਨਾਰਾ ਲਾ ਕੇ ਆ ਜਾਵੇ, ਚਾਹੇ ਕੋਈ ਭਗਤ ਸਿੰਘ ਦਾ ਦੀ ਫੋਟੋ ਲੈ ਕੇ ਆ ਜਾਵੇ, ਚਾਹੇ ਕੋਈ ਅੰਬੇਦਕਰ ਦੀ ਫੋਟੋ ਲੈ ਕੇ ਆ ਜਾਵੇ, ਪਰ ਜਿੰਨਾ ਚਿਰ ਉਹ ਨੀਤੀਆਂ 'ਤੇ ਗੱਲ ਨਹੀਂ ਕਰਦੇ, ਨੀਤੀਆਂ ਬਦਲਣ ਦੀ ਗੱਲ ਨਹੀਂ ਕਰਦੇ, ਜਿੰਨਾ ਚਿਰ ਉਹ ਕਾਰਪੋਰੇਟਾਂ ਦੇ ਪੱਖ ਤੋਂ ਉਲਟ ਲੋਕਾਂ ਦੇ ਪੱਖ ਦੀਆਂ ਨੀਤੀਆਂ ਦਾ ਕੋਈ ਠੋਸ ਨਕਸ਼ਾ ਨਹੀਂ ਪੇਸ਼ ਕਰਦੇ ਗਏ। ਉਹਦੇ ਨਕਸ਼ੇ ਦਾ ਮਤਲਬ ਇਹ ਹੈ ਵੀ ਜੋ ਤੁਹਾਡੇ ਕੋਲ ਬਜਟ ਆ, ਜੋ ਤੁਹਾਡੇ ਕੋਲ ਧਨ ਆ ਖਜ਼ਾਨੇ ਦੇ ਵਿੱਚ, ਉਹ ਧਨ ਤੁਸੀਂ ਕਿੱਧਰ ਨੂੰ ਦੇਣਾ? ਤੁਸੀਂ ਲੋਕਾਂ ਨੂੰ ਦੇਣਾ ਕਿ ਤੁਸੀਂ ਕਾਰਪੋਰੇਟਾਂ ਨੂੰ ਰਹਿਤਾਂ ਦੇਣੀਆਂ ਨੇ, ਉਹਨਾਂ ਨੂੰ ਛੋਟਾਂ ਦੇਣੀਆਂ ਨੇ, ਉਹਨਾਂ ਨੂੰ ਆਵਾਜ਼ਾਂ ਮਾਰਨੀਆਂ ਨੇ ਵੀ ਤੁਸੀਂ ਆਓ ਇੱਥੇ, ਕਿਰਤ ਸਸਤੀ ਹੈ ਲੋਕਾਂ ਦੀ ਉਹ ਲੱਭ ਕੇ ਲੈ ਜਾਓ, ਤੁਹਾਨੂੰ ਜ਼ਮੀਨਾਂ ਸਸਤੀਆਂ ਦੇਵਾਂਗੇ, ਇੱਥੋਂ ਤੱਕ ਕਿ ਇਹ ਗਰੰਟੀਆਂ ਦੇਣ ਤੱਕ ਗਏ ਨੇ ਇਹ ਸਿਆਸੀ ਪਾਰਟੀਆਂ ਵਾਲੇ ਵੀ ਜਿਹੜਾ ਇੱਥੇ ਵਿਰੋਧ ਕਰਦੇ ਨੇ ਲੋਕ ਜਦੋਂ ਉਹਨਾਂ ਦੀ ਲੁੱਟ ਹੁੰਦੀ ਹੈ ਕਿਸੇ ਵੀ ਪੱਧਰ 'ਤੇ, ਵੀ ਉਹ ਵਿਰੋਧ ਨੂੰ ਰੋਕਣ ਵਾਸਤੇ ਗਰੰਟੀਆਂ ਕਰਨ ਤੱਕ ਗਏ ਨੇ। ਫਿਰ ਅਸੀਂ ਤਾਂ ਉਦੋਂ ਵੀ ਇਹੀ ਗੱਲ ਕਹਿੰਦੇ ਸੀ ਵੀ ਇੱਥੋਂ ਕੁਛ ਨਹੀਂ ਨਿਕਲਣ ਵਾਲਾ, ਕਿਉਂਕਿ ਉਹਨਾਂ ਨੇ ਇਸ ਪੱਧਰ ਦੀ ਕੋਈ ਗੱਲ ਨਹੀਂ ਕੀਤੀ, ਸਿਰਫ ਬਿਲਕੁਲ ਜੀ, ਇਸ ਤੋਂ ਪਹਿਲਾਂ ਹੀ ਇਹ ਗੱਲ ਕਹੀ ਹੈ ਵੀ ਲੋਕਾਂ ਦੇ ਪੱਖ ਦਾ ਕਾਨੂੰਨ ਹੈ ਹੀ ਨਹੀਂ, ਸਗੋਂ ਵੀ ਜਿਹੜੀਆਂ ਚੀਜ਼ਾਂ ਮਿਲਦੀਆਂ ਸੀ ਪਹਿਲਾਂ ਪੁਰਾਣੀ ਪੈਨਸ਼ਨ ਮਿਲਦੀ ਰਹੀ ਹੈ 2004 ਤੋਂ ਪਹਿਲਾਂ ਤੱਕ ਮੁਲਾਜ਼ਮਾਂ ਨੂੰ, ਉਹ ਪੈਨਸ਼ਨ ਉਹਨਾਂ ਨੇ ਬੰਦ ਕੀਤੀ ਹੈ। ਅਸੀਂ ਤਾਂ ਕਹਿੰਦੇ ਹਾਂ ਵੀ ਉਹਨਾਂ ਦੀਆਂ ਨੀਤੀਆਂ ਹੈ ਹੀ ਕਾਰਪੋਰੇਟਾਂ ਦੇ ਪੱਖ ਦੀਆਂ, ਨਿੱਜੀਕਰਨ ਦੀਆਂ ਨੀਤੀਆਂ ਨੇ। 1992 ਤੋਂ ਬਾਅਦ ਜੋ ਉਹਨਾਂ ਨੇ ਯਾਨੀ ਕਿ ਇੱਥੋਂ ਦਾ ਸਿਸਟਮ ਨੂੰ ਬਦਲ ਲਿਆ, ਇੱਥੋਂ ਦੀਆਂ ਆਰਥਿਕ ਨੀਤੀਆਂ ਬਦਲ ਲਈਆਂ, ਵੀ ਕਿੱਧਰਲੇ ਪਾਸੇ ਨੂੰ, ਪਹਿਲਾਂ ਲੋਕ ਭਲਾਈ ਵਾਲਾ ਮਤਲਬ ਉਹਨਾਂ ਦਾ ਸੀਗਾ ਇੱਕ ਨਾਰਾ ਸੀਗਾ ਵੀ ਅਸੀਂ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਾਂਗੇ, ਹੁਣ ਉਹ ਨਾਰਾ ਬਦਲ ਗਿਆ ਉਹਨਾਂ ਦਾ, ਹੁਣ ਉਹਨਾਂ ਨੇ ਕਾਰਪੋਰੇਟਾਂ ਨੂੰ ਹੀ ਦੇਣਾ ਸਾਰਾ ਕੁਛ, ਕਿਸੇ ਬਹਾਨੇ ਦੇ ਦੇਣਾ। ਜੇ ਅਸੀਂ ਤਾਂ ਪਹਿਲਾਂ ਹੀ ਇਹ ਗੱਲ ਕਹਿ ਰਹੇ ਹਾਂ, ਜਥੇਬੰਦੀ ਸਾਡੀ DTF ਪਹਿਲੇ ਦਿਨ ਤੋਂ ਜਿੱਦਣ ਤੋਂ ਚਾਹੇ ਆਮ ਆਦਮੀ ਪਾਰਟੀ ਮਤਲਬ ਤਾਰੇ ਲਾ ਕੇ ਆਈ ਹੈ, ਚਾਹੇ ਕੋਈ ਵੀ ਪੋਲੀਟੀਕਲ ਪਾਰਟੀ ਆਈ ਹੈ, ਅਸੀਂ ਤਾਂ ਇਹ ਗੱਲ ਕਹਿੰਦੇ ਹਾਂ ਵੀ ਉਹਨਾਂ ਦੀਆਂ ਨੀਤੀਆਂ ਨਹੀਂ ਜਿੰਨਾ ਚਿਰ ਬਦਲਦੀਆਂ, ਇਹ ਦੂਰੀ ਨੀਤੀਆਂ ਰਹਿਣਗੀਆਂ। ਇਹ ਸਿਰਫ ਤੇ ਸਿਰਫ ਇੱਕੋ ਹੀ ਢੰਗ ਹੈ ਵੀ ਲੋਕ ਸੰਘਰਸ਼ ਕਰਨਗੇ, ਲੋਕ ਇਕੱਠੇ ਹੋਣਗੇ ਤਾਂ ਆਪਦੇ ਪੱਖ ਦਾ ਕੋਈ ਕਾਨੂੰਨ ਜਾਂ ਆਪਦੇ ਪੱਖ ਦੀਆਂ ਕੋਈ ਸਹੂਲਤਾਂ ਮਨਵਾ ਲੈਣਗੇ। ਜੇ ਲੋਕ ਯਾਨੀ ਕਿ ਨਹੀਂ ਉਹਨਾਂ ਦੀ ਝਾਕ ਰੱਖੀ ਰੱਖਣਗੇ ਤਾਂ ਲੋਕਾਂ ਦੇ ਮਸਲੇ ਹੱਲ ਨਹੀਂ ਹੋਣਗੇ। Thank you.